ਸਾਡੇ ਪਿੰਡ ਜੀ ਇਲੈਕਸ਼ਨ ਹੋਣੀ ਦੀ ਸੁਸਾਇਟੀ ਦੀ ਅੱਜ ਦੀ ਤਰੀਕ 'ਚ, ਕੱਲ੍ਹ ਸਾਰੇ ਮਤਲਬ ਅਲਾਟ ਹੋ ਗਏ, ਨਾਲੇ ਤਾਂ ਚੋਣ ਨਿਸ਼ਾਨ ਅਲਾਟ ਹੋ ਗਏ, ਕੈਂਡੀਡੇਟ ਕਲੀਅਰ ਹੋ ਗਏ ਅਤੇ ਅੱਜ ਸਵੇਰੇ ਸਾਨੂੰ ਕਹਿੰਦੇ ਵੀ ਵੋਟਾਂ ਕੈਂਸਲ ਨੇ, ਵੀ ਸਾਡੇ ਕੋਲ ਫੋਰਸ ਨਹੀਂ ਹੈਗੀ, ਫੋਰਸ ਦੀ ਲੋੜ ਹੈ ਇੱਥੇ, ਸਾਡੇ ਪਿੰਡ ਕੋਈ ਗੱਲਬਾਤ ਨਹੀਂ ਇਹੀ ਜੀ, ਕੋਈ ਝਗੜਾ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਸਾਰੇ ਆਪ 'ਚ ਕੈਂਡੀਡੇਟ ਸਾਰੇ ਮਤਲਬ ਪਿਆਰ ਨਾਲ ਵੋਟਾਂ ਪਵਾ ਰਹੇ ਨੇ, ਕੋਈ ਦਿੱਕਤ ਨਹੀਂ। ਪਰ ਇਹ ਫਿਰ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਵੀ ਮਤਲਬ ਫੋਰਸ ਦੇਣ ਵਾਸਤੇ ਮੁਲਾਜ਼ਮ ਨਹੀਂ ਹੈਗਾ, ਕੋਈ ਮੁਲਾਜ਼ਮ ਨਹੀਂ। ਅੱਜ ਸਾਰੇ ਸੀਐਮ ਦੀ ਡਿਊਟੀ ਉਹਦੇ 'ਤੇ, ਮਤਲਬ ਸੀਐਮ ਦੀ ਸੁਰੱਖਿਆ ਵਾਸਤੇ ਸਾਨੂੰ ਉੱਧਰ ਭੇਜਣੇ ਨੇ, ਵੀ ਆਮ ਲੋਕਾਂ ਵਾਸਤੇ ਸਾਡੇ ਕੋਲ ਕੋਈ ਫੋਰਸ ਨਹੀਂ ਹੈਗੀ। ਇਹ ਸਾਰਾ ਮਤਲਬ ਹੈਗਾ ਆਮ ਆਦਮੀ ਪਾਰਟੀ ਦਾ, ਇਹਨਾਂ ਦਾ ਪ੍ਰਧਾਨ ਬਣ ਨਹੀਂ ਰਿਹਾ, ਉਹਦੇ ਚੱਕਰ 'ਚ ਇਹ, ਇਹਨਾਂ ਦਾ ਕੋਈ ਕੈਂਡੀਡੇਟ ਵੀ ਨਹੀਂ ਆ ਰਿਹਾ, ਉਹਦੇ ਕਰਕੇ ਇਹ ਮਤਲਬ ਸਾਰਾ ਪ੍ਰੋਪੋਗੈਂਡਾ ਹੋ ਰਿਹਾ। ਅਸੀਂ ਚਾਹੁੰਦੇ ਹਾਂ ਵੀ ਚੋਣ ਹੋਵੇ, ਸਾਰੇ ਕੈਂਡੀਡੇਟ ਉਹਦੇ ਉਰੇ ਹਾਜ਼ਰ ਨੇ, ਕੋਈ ਆਪ 'ਚ ਲੜ ਨਹੀਂ ਰਿਹਾ, ਸਾਰੇ ਇੱਕੇ ਨਾਲ ਇੱਥੇ ਰੋਡ ਜਾਮ ਕਰ ਰਿਹਾ ਸਾਰਿਆਂ ਨੇ, ਕੋਈ ਗੱਲ ਹੀ ਨਹੀਂ ਹੈਗੀ। ਲਿਖ ਕੇ ਸਰਪੰਚ ਸਾਹਿਬ ਲਿਖ ਕੇ ਦੇਣ ਨੂੰ ਤਿਆਰ ਨੇ, ਵੀ ਕੋਈ ਆਪਦਾ ਮੈਂਬਰ ਬਣਾਉਣੇ ਚਾਹੁੰਦੇ ਨੇ ਧੱਕੇ ਨਾਲ, ਜਿਵੇਂ ਪਹਿਲਾਂ ਹੋਰ ਯੂਨੀਅਨਾਂ 'ਚ ਵੀ ਹੋਇਆ, ਅਤੇ ਇਸ ਤਰ੍ਹਾਂ ਇਹ ਧੱਕਾ ਕਰ ਰਹੇ ਨੇ। ਇਹ ਬਦਲਾਅ ਹੈ ਇਹਨਾਂ ਦਾ ਜੀ, ਉਹ ਕਹਿੰਦੇ ਨੇ ਘੰਟਾ ਖੜ ਜਾਓ, ਅੱਧਾ ਘੰਟਾ ਖੜ ਜਾਓ, 2 ਘੰਟੇ ਖੜ ਜਾਓ। ਸਵੇਰੇ 7 ਵਜੇ ਦੇ ਅਸੀਂ ਥਾਣੇ 'ਚ ਬੈਠੇ ਜੀ, ਸਾਨੂੰ ਕੋਈ ਮਤਲਬ ਇਹਨਾਂ ਨੇ ਉਹ ਨਹੀਂ ਕਰਿਆ, ਆਉਂਦੀ ਸਾਰ ਨੂੰ ਅਸੀਂ ਨੇ ਇਹ ਕੰਮ ਕਰਿਆ। ਜਿਹੜਾ ਰੋਡ ਜਾਮ ਕਰਨ ਦੀ ਸਥਿਤੀ ਬਣੀ ਹੈ, ਇਹ ਆਮ ਆਦਮੀ ਪਾਰਟੀ ਦੇ ਬਦੌਲਤ ਬਣੀ ਹੈ, ਕਿਉਂਕਿ ਸਾਡੇ ਪਿੰਡ ਕੋਆਪਰੇਟ ਸੁਸਾਇਟੀ ਦੀਆਂ ਚੋਣਾਂ ਦਾ ਜਿਹੜਾ ਹੈਗਾ ਜਾਂ ਪਿੰਡਾਂ ਦੇ ਵਿੱਚ ਹੋ ਰਿਹਾ, ਪਿਛਲੇ ਕੱਲ੍ਹ ਬਾਲਦ ਕਲਾਂ ਵੀ ਹੋ ਕੇ ਗਿਆ, ਉੱਥੇ ਵੀ ਸ਼ਰੇਆਮ ਧੱਕਾ ਕਰਿਆ ਆਮ ਆਦਮੀ ਪਾਰਟੀ ਨੇ, ਬਾਲਦ ਖੁਰਦ ਦੇ ਵਿੱਚ ਉੱਥੇ ਵੀ ਆਮ ਆਦਮੀ ਪਾਰਟੀ ਨੇ ਆਪਣੀ ਗੁੰਡਾਗਰਦੀ ਦਿਖਾਈ, ਜਿਹੜੀ ਇਹਨਾਂ ਦੀ ਹੁਣ ਰਣਨੀਤੀ ਬਣਾਈ ਵੀ ਆ, ਹਰ ਇੱਕ ਸੰਸਦਾ ਦੇ ਵਿੱਚ ਧੱਕੇ ਨਾਲ ਕਬਜ਼ੇ ਕਰਨੇ। ਪਹਿਲਾਂ ਦੂਜੀਆਂ ਪਾਰਟੀਆਂ ਨੂੰ ਇਹ ਕਹਿੰਦੇ ਹੁੰਦੇ ਸੀ, ਇਹ ਉਦੋਂ ਵੀ ਜ਼ਿਆਦਾ ਭੈੜੇ ਹੋ ਗਏ। ਹੁਣ ਕੀ ਸੀਗਾ, ਇੱਕ ਪ੍ਰੋਟੋਕੋਲ ਹੈ ਚੋਣਾਂ ਦੇ ਵਿੱਚ ਵੀ ਸਕਿਉਰਟੀ ਵਜੋਂ ਸਾਨੂੰ ਮੁਲਾਜ਼ਮ ਚਾਹੀਦਾ ਹੁੰਦਾ। ਥਾਣੇ ਨੂੰ ਇੱਕ ਹਫ਼ਤਾ ਪਹਿਲਾਂ ਜਿਹੜਾ ਲੈਟਰ ਕੱਢਿਆ ਗਿਆ DR ਵੱਲੋਂ ਵੀ ਜਿਹੜੀਆਂ ਇਲੈਕਸ਼ਨਾਂ ਨੇ ਸਾਡੀਆਂ ਕੋਆਪਰੇਟਿਵ ਸੁਸਾਇਟੀ ਦੀਆਂ, ਉੱਥੇ ਸਾਨੂੰ ਸੁਰੱਖਿਆ ਲਈ ਮੁਲਾਜ਼ਮ ਚਾਹੀਦੇ ਨੇ ਪ੍ਰੋਟੋਕੋਲ ਦੇ ਮੁਤਾਬਕ। ਇਹਨਾਂ ਨੇ ਐਨ ਮੌਕੇ 'ਤੇ ਆ ਕੇ ਕੱਲ੍ਹ ਸਾਡੇ ਨਾਮਜ਼ਦਗੀ ਕਾਗਜ਼ ਭਰੇ ਗਏ, ਕਲੀਅਰ ਹੋ ਗਏ, ਚੋਣ ਨਿਸ਼ਾਨ ਵੰਡੇ ਗਏ, ਅੱਜ 9 ਵਜੇ ਤੋਂ ਲੈ ਕੇ 1 ਵਜੇ ਤੱਕ ਚੋਣਾਂ ਦਾ ਜਿਹੜਾ ਸਮਾਂ ਸੀ ਉਹ ਨਿਰਧਾਰਿਤ ਸੀ। ਸਵੇਰੇ ਜਦੋਂ 9 ਵਜੇ ਚੋਣਾਂ ਹੋਣੀਆਂ ਸੀਗੀਆਂ, ਉਹ ਚੋਣਾਂ ਤੋਂ ਐਨ ਅੱਧਾ ਘੰਟਾ ਪਹਿਲਾਂ ਕਹਿੰਦੇ ਜੀ ਚੋਣਾਂ ਕੈਂਸਲ ਨੇ। ਪੁਲਿਸ ਮੁਲਾਜ਼ਮ ਜਵਾਬ ਦੇ ਕੇ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ, ਵੀ ਉਹਨਾਂ ਨੇ ਲਿਖ ਕੇ ਦਿੱਤਾ SHO ਸਾਹਿਬ ਨੇ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ। ਹੁਣ ਇੱਥੇ ਸਵਾਲ ਇਹ ਉੱਠਦਾ ਵੀ ਆਮ ਲੋਕਾਂ ਦੀ ਸੁਰੱਖਿਆ ਲਈ ਫੋਰਸ ਨਹੀਂ ਹੈਗੀ, ਇਹ ਜਿਹੜੇ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਕਰਦਾ ਸੀਗਾ, ਦੂਜੀਆਂ ਪਾਰਟੀਆਂ ਦੇ ਵਿਅੰਗ ਕੱਸਦਾ ਸੀਗਾ ਵੀ ਇਹ ਮੁਰਗੀਖਾਨਾ ਖੋਲ੍ਹ ਲੈਣਾ, ਇਹਨਾਂ ਨੂੰ ਇੰਨੀ ਫੋਰਸ ਦੀ ਕੀ ਲੋੜ ਆ ਜੇ ਮਾੜਾ ਹੀ ਨਹੀਂ ਕਰਿਆ। ਤਾਂ ਅੱਜ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਅੱਜ ਕੀ ਲੋੜ ਪੈ ਗਈ, ਤੁਸੀਂ ਮੁਰਗੀਖਾਨੇ ਖੋਲ੍ਹੋ। ਹੁਣ ਇਹ ਜਿਹੜੀ ਗੁੰਡਾਗਰਦੀ ਹੈ ਇਹ ਆਮ ਆਦਮੀ ਪਾਰਟੀ ਦੇ MLA ਭਰਾਜ ਵੱਲੋਂ ਉਹਦੇ ਬੰਦਿਆਂ ਵੱਲੋਂ ਕਰਾਈ ਜਾ ਰਹੀ ਹੈ, ਕਿਉਂਕਿ ਉਹਨਾਂ ਦਾ ਇੱਕ ਵੀ ਕੈਂਡੀਡੇਟ ਜਿੱਤ ਨਹੀਂ ਰਿਹਾ। ਉਹ ਧੱਕੇ ਨਾਲ ਇਸ ਚੀਜ਼ ਨੂੰ ਚੋਣ ਨੂੰ ਕੈਂਸਲ ਕਰਾ ਕੇ ਲੋਕਾਂ 'ਤੇ ਦਬਾਅ ਪਾ ਕੇ ਦੁਬਾਰੇ ਇਸ ਇਲੈਕਸ਼ਨ ਨੂੰ ਅੱਗੇ ਡਿਲੇਅ ਕਰਨਾ ਚਾਹੁੰਦੇ ਨੇ, ਜਿਸ ਨਾਲ ਸਾਡੀ ਸੁਸਾਇਟੀ ਦਾ ਵੀ ਨੁਕਸਾਨ ਹੈ, ਸਾਡੇ ਪਿੰਡ ਦਾ ਵੀ ਨੁਕਸਾਨ ਹੈ। ਮੁਲਾਜ਼ਮ ਉਸ ਤਰੀਕੇ ਨਾਲ 19 sufficient ਮੁਲਾਜ਼ਮ ਛੱਡ ਕੇ ਜਾਈਦੇ ਆ, 2-4 ਮੁਲਾਜ਼ਮ ਪਿੱਛੇ ਛੱਡੀਦੇ ਆ, ਹੈਗੇ ਹੁੰਦੇ ਆ ਥਾਣੇ ਦੇ ਵਿੱਚ, ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਡਿਊਟੀ ਅਫਸਰ ਹੁੰਦਾ, ਉਹ ਕੰਟਰੋਲ ਕਰ ਲੈਂਦਾ। ਤੁਹਾਡੇ ਕੋਲ ਟੋਟਲ ਕਿੰਨੇ ਮੁਲਾਜ਼ਮ ਰਹਿੰਦੇ ਆ, ਮਤਲਬ ਕਿ 3 ਚੌਂਕੀਆਂ ਨੇ ਤੁਹਾਡੇ ਅੰਡਰ ਤੇ 1 ਥਾਣਾ? ਸਾਡੇ ਕੋਲ 50 ਦੇ ਕਰੀਬ ਮੁਲਾਜ਼ਮ।